शनिवार कैरो के पास सहराली कला से पढ़कर आते हुए कॉलेज विद्यार्थी निशानवीर को कुछ लुटेरों ने गोली मारी, जो कि उसकी टांग में लगी और आर पार हो गई। लुटेरों का मकसद उसकी चेन और नकदी छीनना था। मौके पर उसको कैरो स्वास्थ्य केंद्र ले जाया गया, लेकिन चोट को गंभीर मानते हुए स्वास्थ्य केंद्र अधिकारियों ने उसे तरन तारण सिविल हॉस्पिटल में शिफ्ट कर दिया। देखिए चोला साहब से भगत सिंह की रिपोर्ट। ਮੇਰਾ ਨਾਮ ਨਿਸ਼ਾਨ ਸਿੰਘ ਨਿਸ਼ਾਨਵੀਰ ਸਿੰਘ ਹੈ ਜੀ, ਪਿੰਡ ਨਥੂ ਚੱਕ। ਕੀ ਗੱਲਬਾਤ ਹੋਈ ਸਾਰੀ ਜਿਹੜੀ ਤੁਹਾਡੇ ਦੱਸਿਆ ਗਿਆ ਕਿ ਗੋਲੀ ਮਾਰ ਦਿੱਤੀ ਗਈ? ਅਸੀਂ ਮੈਂ ਸਰਿਆਲੀ ਕਾਲਜ ਪੜ੍ਹਦਾ ਵਾਂ, ਅਤੇ ਸਰਿਆਲੀ ਕਾਲਜ ਅਸੀਂ ਤਿੰਨ ਮੁੰਡੇ ਆਉਂਦੇ ਹਾਂ, ਮਤਲਬ ਕਿ ਛੁੱਟੀ ਟਾਈਮ, ਅਤੇ ਮੜੀਆਂ ਤੋਂ ਸਾਡੇ ਪਿੱਛੇ ਦੋ ਮੋਟਰਸਾਈਕਲਾਂ ਦੇ ਗਰੁੱਪ ਜੇ ਲੱਗ ਗਏ ਸਾਡੇ ਮਗਰ, ਅਤੇ ਇੱਥੇ ਨਜ਼ਦੀਕੀ ਪਿੰਡ ਕੈਰੋਂ ਲਾਗੇ ਨਹਿਰਾਂ ਲਾਗੇ ਆ ਕੇ, ਅਤੇ ਉਹਨਾਂ ਨੇ ਸਾਡੇ ਪਿੱਛੇ ਫਾਇਰਿੰਗ ਕਰਨੀ ਸ਼ੁਰੂ ਕਰਤੀ, ਅਤੇ ਕੁਝ ਅਗਲੇ ਪਾਸੇ ਜਿਹੜੇ ਮੁੰਡੇ ਉਹਨਾਂ ਨੇ ਅੱਗੋਂ ਫਾਇਰਿੰਗ ਕਰਨੀ ਸ਼ੁਰੂ ਕਰਤੀ, ਅਤੇ ਅਸੀਂ ਮੋਟਰਸਾਈਕਲ ਝੋਨੇ 'ਚ ਸੁੱਟਤਾ। ਜਦੋਂ ਮੋਟਰਸਾਈਕਲ ਝੋਨੇ 'ਚ ਡਿੱਗਾ, ਅਤੇ ਉਹਨਾਂ ਜਨੂੰ ਉਹਨਾਂ ਲੱਗ ਗਿਆ ਕੇ, ਅਤੇ ਮੇਰੇ ਫਾਇਰ ਮਾਰਿਆ ਵਾ ਸਿੱਧਾ। ਕਿੰਨਾ ਮਾਰਿਆ? ਉਹ 6-7 ਜਣੇ ਸੀ। ਹਾਂਜੀ ਜੀ, ਉਹ ਲੌਕਿਆਂ ਦੇ, ਲੌਕਾ ਪਿੰਡ ਉਹਨਾਂ ਦਾ। ਉਹਨਾਂ ਦਾ ਨਾਂ, ਇੱਕ ਦਾ ਨਾਮ ਵਰਿੰਦਰ ਸਿੰਘ, ਇੱਕ ਦਾ ਨਾਂ ਜਗਰੂਪ ਸਿੰਘ, ਇੱਕ ਹੋਰ ਉਹਦਾ ਨਾਮ ਵੀ ਜਗਰੂਪ ਸਿੰਘ, ਅਤੇ ਇੱਕ ਦਾ ਨਾਂ ਪ੍ਰਭਜੋਤ ਸਿੰਘ, ਗੁਰਪ੍ਰੀਤ ਸਿੰਘ, ਅਤੇ ਇੱਕ ਸ਼ਮਸ਼ੇਰ ਸਿੰਘ, ਹਾਂਜੀ ਇੱਕ ਕੁਲਵਿੰਦਰ ਸਿੰਘ। ਹਾਂਜੀ, ਝਗੜਾ ਜੀ ਪਤਾ ਹੀ ਨਹੀਂ, ਪਹਿਲੋਂ ਪਿੰਡ ਕਿਸੇ ਮੁੰਡੇ ਦੇ ਹੋਰ ਦੀ ਲੜਾਈ ਹੋਈ ਸੀ, ਅਤੇ ਉਸ ਸਮੇਂ ਉਹ ਪਿੰਡ ਜਿਹੜਾ ਸਾਡੇ ਮੁੰਡੇ ਦਾ ਮੁੰਡੇ ਆ ਸਾਡੇ ਪਿੰਡ ਦਾ ਸੀ, ਉਹ ਲੋਕੀ ਲੜਨ ਗਿਆ, ਅਤੇ ਉਸ ਵਕਤ ਅਸੀਂ ਉੱਥੇ ਗੋਲ ਗੱਪੇ ਖਾਣ ਦਿਆ ਸੀ, ਅਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਾ ਵੀ ਜਿਵੇਂ ਅਸੀਂ ਉਹਨਾਂ ਦੀ ਮਦਦ ਆਏ, ਪਰ ਸਾਡਾ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ, ਅਤੇ ਇੱਥੇ ਖੋ 'ਚ ਉਹਨਾਂ ਨੇ ਸਾਡੇ ਦੇ ਮਤਲਬ ਕਿ ਫਾਇਰ ਮਾਰੇ, ਅਤੇ ਗੋਲੀ ਮੇਰੇ ਲੱਗ ਗਈ। ਉਹਨਾਂ ਜੀ 4 ਫਾਇਰ ਕੀਤੇ ਆ, ਅਤੇ ਬਾਅਦ ਵਿੱਚ ਮੈਨੂੰ ਥੋੜ੍ਹੀ ਹੋਸ਼ ਨਹੀਂ ਰਹੀ। ਉਹਨਾਂ ਕੋਲ ਬਹੁਤ ਦੱਤ ਦੂਤਰ ਵਗੈਰਾ, ਦਸਤੇ ਵਗੈਰਾ ਬਹੁਤ ਜ਼ਿਆਦਾ ਮਾਤਰਾ ਸੀ। 4:30 ਵਜੇ ਨਿਸ਼ਾਨਵੀਰ ਸਿੰਘ ਇੱਥੇ ਆਏ, ਅਤੇ ਉਸ ਟਾਈਮ ਜਦੋਂ ਸਟਾਫ ਨਰਸ ਨੇ ਦੇਖਿਆ ਹੋਇਆ, ਦਾਖਲ ਕਰ ਲਿਆ ਹੋਇਆ, ਪਰ ਉਹ ਹੁਣ ਮੈਂ ਦੇਖਿਆ ਕੋਈ ਸੱਟ ਉਹਨਾਂ ਦੀ ਕੁਛ ਜ਼ਿਆਦਾ ਹੋਣ ਕਰਕੇ ਸਾਡੇ ਕੋਲ ਸਪੈਸ਼ਲਿਸਟ ਡਾਕਟਰ ਨਹੀਂ ਹੈਗੇ, ਇਸ ਕਰਕੇ ਅਸੀਂ ਉਹਨਾਂ ਨੂੰ ਤਰਨ ਤਾਰਨ ਸਿਵਲ ਹੋਸਪਿਟਲ ਭੇਜ ਰਹੇ ਹਾਂ, ਜਿੱਥੇ ਕਿ ਉਹਨਾਂ ਦਾ ਮਤਲਬ ਕਿ MLC ਵੀ ਹੋ ਜਾਵੇ ਅਤੇ ਸਹੀ ਇਲਾਜ ਵੀ ਹੋ ਜਾਵੇ। ਸਰਾਲੀ ਕਾਲਜ ਤੋਂ ਬੱਚੇ ਆ ਰਹੇ ਸੀ ਪੜ੍ਹ ਕੇ, ਅਤੇ ਜਦੋਂ ਸਰਾਲੀ ਤੋਂ ਕੈਰੋਂ ਨੂੰ ਆ ਰਿਹਾ ਸੀ, ਅਤੇ ਸਰਾਲੀ ਮੰਡਾਂ ਦੇ ਵਿਚਕਾਰ ਇਹ ਤਿੰਨ ਜਿਹੜੇ ਨਿਸ਼ਾਨਵੀਰ ਸਿੰਘ ਪੁੱਤਰ ਪ੍ਰਗਟ ਸਿੰਘ, ਗੁਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ, ਜਹਾਜ਼ ਸਿੰਘ ਸੁਰਜੀਤ ਸਿੰਘ, ਇਹ ਆਪਣੇ ਮੋਟਰਸਾਈਕਲ 'ਤੇ ਆ ਰਹੇ ਸੀ, ਮਗਰੋਂ ਦੇ ਨੌਜਵਾਨ ਆਏ ਆ ਦੋ ਮੋਟਰਸਾਈਕਲਾਂ 'ਤੇ, ਅਤੇ ਉਹਨਾਂ ਨੇ ਕੋਈ ਹੋਰ ਆਪਣੇ ਫਾਇਰਿੰਗ ਕੀਤੀ ਆ, ਅਤੇ ਜਿਹਦੇ ਵਿੱਚ ਇੱਕ ਨਿਸ਼ਾਨਵੀਰ ਜ਼ਖਮੀ ਹੋਇਆ ਵਾ, ਉਹ ਜੇਰੇ ਇਲਾਜ ਹਾਸਾ ਰਿਹਾ ਜੀ, ਅਤੇ ਬਾਕੀ ਜਿਹੜੇ ਦੋਸ਼ੀ ਆ ਜਗਰੂਪ ਸਿੰਘ ਅਤੇ ਕੁਲਵਿੰਦਰ ਸਿੰਘ, ਉਹਨਾਂ ਦੇ ਘਰ ਰੇਡ ਕੀਤਾ, ਉਹਨਾਂ ਨੂੰ ਘਰ ਨਹੀਂ ਮਿਲਿਆ।